ਗੁਰੂ ਜੀ ਸ਼ੁਕਰਾਨਾ ਮੇਰੇ ਮਾਲਿਕ ਪੰਜਾਬੀ ਵਿੱਚ ਵਿਆਖਿਆ ਦੀ ਸੇਵਾ ਬਖਸ਼ਣ ਦਾ ਸ਼ੁਕਰਾਨਾ ਮਾਲਿਕ ਵਿਆਖਿਆ ਅੰਗ ਸੰਗ ਰਹਿ ਕੇ ਕਰਮਾਨਾ ਮਹਾਰਾਜ ਅੱਜ ਦਾ ਸ਼ਬਦ ਜਿਸ ਦੀ ਗੁਰੂ ਮਹਾਰਾਜ ਨੇ ਵਿਆਖਿਆ ਦੀ ਸੇਵਾ ਬਖਸ਼ੀ ਹੈ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 657 ਵਿੱਚੋਂ ਲਿਆ ਗਿਆ ਹੈ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਸਮਝਾਇਆ ਹੈ ਕਿ ਸਾਨੂੰ ਆਪਣੇ ਅੰਦਰੋਂ ਅਹੰਕਾਰ ਕਿਵੇਂ ਸਮਾਪਤ ਕਰਨਾ ਹੈ ਸ਼ਬਦ ਹੈ ਅਬ ਤੂੰ ਹੀ ਮੈਂ ਨਾਹੀਂ ਵਿਆਖਿਆ ਹੇ ਮੇਰੇ ਮਾਧੋ ਜਦੋਂ ਤੋਂ ਤੁਸੀਂ ਮੇਰੇ ਨਾਲ ਹੋ ਉਦੋਂ ਤੋਂ ਮੇਰੀ ਮੈਂ ਭਾਵ ਮੇਰਾ ਅਹੰਕਾਰ ਅੰਦਰੋਂ ਖਤਮ ਹੋ ਗਿਆ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਹੇ ਮਹਾਰਾਜ ਜਦੋਂ ਤੁਸੀਂ ਅੰਦਰ ਹੁੰਦੇ ਹੋ ਉਦੋਂ ਕਿਸੇ ਵੀ ਤਰ੍ਹਾਂ ਦਾ ਅਹੰਕਾਰ ਨਹੀਂ ਰਹਿ ਸਕਦਾ ਅਤੇ ਜੇ ਅਹੰਕਾਰ ਰਹਿੰਦਾ ਹੈ ਤਾਂ ਫਿਰ ਤੁਸੀਂ ਨਹੀਂ ਰਹਿੰਦੇ ਹੋ ਅਨਲ ਅਗਮ ਜੈਸੇ ਲਹਿਰ ਮਹੋ ਧਦ ਜਲ ਕੇਵਲ ਜਲ ਮਾਹੀ ਜਿਵੇਂ ਕਿ ਮੈਂ ਹਟਣ ਨਾਲ ਸਾਨੂੰ ਇਹ ਸਮਝ ਆ ਜਾਂਦਾ ਹੈ ਕਿ ਜਦੋਂ ਸਮੁੰਦਰਾਂ ਦੇ ਵਿੱਚ ਵੱਡੇ ਤੋਂ ਵੱਡਾ ਤੂਫਾਨ ਆਵੇ ਪਾਣੀ ਨੱਕੋ ਨੱਕ ਭਰ ਵੀ ਜਾਵੇ ਪਰ ਸਮੁੰਦਰ ਤਾਂ ਸਮੁੰਦਰ ਹੀ ਹੈ ਪਾਣੀ ਤਾਂ ਪਾਣੀ ਵਿੱਚ ਹੀ ਰਹਿਣਾ ਹੈ ਭਾਵ ਸਭ ਜਗ੍ਹਾ ਇੱਕੋ ਜਿਹਾ ਹੀ ਰਹਿੰਦਾ ਹੈ ਮਾਧਵੇ ਕੀਆ ਕਹੀਏ ਭ੍ਰਮ ਐਸਾ ਸਾਨੂੰ ਜੀਵਾਂ ਨੂੰ ਇਹ ਭਰਮ ਹੀ ਰਹਿੰਦਾ ਹੈ ਕਿ ਅਸੀਂ ਇਸ ਦੁਨੀਆ ਤੋਂ ਅਲੱਗ ਹਾਂ ਜਾਂ ਅਸੀਂ ਇਸ ਜੀਵ ਆਤਮਾ ਤੋਂ ਅਲੱਗ ਹੈ ਇਹ ਸਾਰੀ ਗਲਤੀਆਂ ਹੀ ਹੈ ਹੇ ਜੈਸਾ ਮਾਨੀਏ ਹੋਏ ਨਾ ਰੈਸਾ ਅਸੀਂ ਆਪਣੇ ਮਨ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਵਿਚਾਰ ਕਰਕੇ ਬੈਠੇ ਹਾਂ ਪਰ ਇੱਦਾਂ ਦਾ ਕੁਝ ਵੀ ਨਹੀਂ ਹੈ ਜੋ ਹੈ ਅਸੀਂ ਇਸ ਦੁਨੀਆ ਦੇ ਵਿੱਚ ਇੱਕ ਮਿਕ ਪਰਮਾਤਮਾ ਨਾਲ ਹੀ ਮਿਲਣਾ ਹੈ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਬਿਖਾਰੀ ਜਿਵੇਂ ਕੋਈ ਰਾਜਾ ਤਖਤ 'ਤੇ ਬੈਠਾ ਸੋ ਜਾਏ ਅਤੇ ਆਪਣੇ ਸੁਪਨੇ ਵਿੱਚੋਂ ਭਿਖਾਰੀ ਬਣ ਜਾਏ ਅਤੇ ਉਹ ਕਿਵੇਂ ਡਰ ਜਾਂਦਾ ਹੈ ਇਸ ਬਾਰੇ ਵਿਆਖਿਆ ਕੀਤੀ ਗਈ ਹੈ ਅਚਰ ਰਾਜ ਬਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਰਾਜਾ ਜਦੋਂ ਸੋ ਜਾਂਦਾ ਹੈ ਸੁਪਨੇ ਵਿੱਚ ਆਪਣੇ ਆਪ ਨੂੰ ਭਿਖਾਰੀ ਜਾਣ ਕੇ ਬੜਾ ਦੁਖੀ ਹੁੰਦਾ ਹੈ ਪਰ ਉਹ ਇਵੇਂ ਜਾਪਦਾ ਹੈ ਉਸਨੂੰ ਕਿ ਮੇਰਾ ਸਾਰਾ ਰਾਜਪਾਠ ਛਿਨ ਗਿਆ ਹੈ ਇਸ ਲਈ ਉਹ ਦੁਖੀ ਜਾਪਦਾ ਹੈ ਰਾਜ ਭਏ ਅੰਗ ਪ੍ਰਸੰਗ ਜੈਸੇ ਹੈ ਅਬ ਕੁਛ ਮਰਮ ਜਨਾਇਆ ਹੇ ਮੇਰੇ ਮਾਧੋ ਪ੍ਰਭੂ ਜੀ ਇਵੇਂ ਡਰਿਆ ਹੋਇਆ ਮਨੁੱਸ਼ ਰੱਸੀ ਨੂੰ ਵੀ ਸੱਪ ਸਮਝ ਲੈਂਦਾ ਹੈ ਉਹ ਭਰਮ ਵਿੱਚ ਹੀ ਟਾਈਮ ਨਿਕਲ ਜਾਂਦਾ ਹੈ ਉਸਨੂੰ ਇਸਦਾ ਭੇਦ ਹੀ ਨਹੀਂ ਪਤਾ ਚੱਲਦਾ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਿਨੇ ਕਹਿਣ ਨਾ ਆਇਆ ਹੇ ਮੇਰੇ ਮਾਧੋ ਜੀ ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ ਦੇਖ ਕੇ ਇਹ ਭਰਮ ਪੈ ਜਾਂਦਾ ਹੈ ਕਿ ਸੋਨਾ ਕਈ ਕਿਸਮਾਂ ਦਾ ਹੁੰਦਾ ਹੈ ਪਰ ਇਹ ਭੇਦ ਭਾਵ ਉਦੋਂ ਮੁੱਕ ਜਾਂਦਾ ਹੈ ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਭ ਇੱਕ ਹੀ ਹੈ ਸਰਬੇ ਏਕ ਅਨੇਕੇ ਸੁਆਮੀ ਸਭ ਘਟ ਭੋਗਬੂ ਸੋਈ ਹੇ ਮੇਰੇ ਮਾਧੋ ਪ੍ਰਭੂ ਜੀ ਪਰਮ ਪਿਤਾ ਪਰਮੇਸ਼ਵਰ ਜੀ ਤੁਸੀਂ ਅਲੱਗ ਅਲੱਗ ਰੂਪਾਂ ਵਿੱਚ ਸਾਰਿਆਂ ਦੇ ਵਿੱਚ ਵਿਰਾਜਮਾਨ ਹੋ ਸਾਰਿਆਂ ਦੇ ਹਿਰਦੇ ਵਿੱਚ ਜਗਤ ਵਿੱਚ ਤੁਸੀਂ ਆਪ ਹੀ ਰਮਾਏ ਹੋਏ ਹੋ ਕੜੇ ਰਵਿਦਾਸ ਹਾਥ ਪੇ ਨੇਰੇ ਸਹਿਜੇ ਹੋਏ ਸੋ ਹੋਏ ਹੇ ਮੇਰੇ ਮਾਧੋ ਪ੍ਰਭੂ ਜੀ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਜੀ ਅਸੀਂ ਤੁਹਾਡੇ ਤੋਂ ਦੂਰ ਨਹੀਂ ਹਾਂ ਤੁਸੀਂ ਹਰ ਵੇਲੇ ਸਾਡੇ ਅੰਗ ਸੰਗ ਹੋ ਇਸ ਜਗਤ ਵਿੱਚ ਹੋ ਅਤੇ ਸਾਨੂੰ ਵੀ ਤੁਹਾਡੀ ਰਜਾ ਵਿੱਚ ਹੀ ਰਾਜ਼ੀ ਰਹਿਣਾ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਮੇਰੇ ਮਾਧੋ ਜਦੋਂ ਤੁਸੀਂ ਮੇਰੇ ਅੰਦਰ ਆ ਗਏ ਤਾਂ ਮੇਰਾ ਮੈਂ ਅਤੇ ਅਹੰਕਾਰ ਮੁੱਕ ਗਿਆ ਹੈ ਬਸ ਹੁਣ ਮੈਨੂੰ ਤੁਹਾਡਾ ਹੀ ਸਾਥ ਚਾਹੀਦਾ ਹੈ ਅਬ ਤੂੰ ਹੀ ਮੈਂ ਨਾਹੀਂ ਹੇ ਮਾਧੋ ਪ੍ਰਭੂ ਜੀ
ਹੁਣ ਮੇਰੇ ਨਾਲ ਸਿਰਫ ਤੁਸੀਂ ਰਹੋ, ਮੈਂ ਆਪਣੇ ਅੰਦਰ ਦਾ ਅਹੰਕਾਰ ਨੂੰ ਖਤਮ ਕਰ ਦੇਣਾ ਚਾਹੁੰਦਾ ਹਾਂ। ਸ਼ੁਕਰਾਨਾ 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 ਗੁਰੂ ਮਹਾਰਾਜ।